ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਕਸਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ ਤੇ ਹਰ ਵਾਰ ਕੋਈ ਨਾ ਕੋਈ ਮੁੱਦਾ ਲੈ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਬੀਤੇ ਦਿਨੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਟਿਆਲਾ ਜ਼ਿਲ੍ਹੇ ਦੇ ਬਿਰਦ ਘਰ ਦਾ ਦੌਰਾ ਕੀਤਾ ਜਿਸ ਨੂੰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਵੀ ਸ਼ੇਅਰ ਕੀਤਾ ਤੇ ਲਿਖਿਆ ਪਟਿਆਲਾ ਜ਼ਿਲ੍ਹੇ ਦੇ ਬਿਰਦ ਘਰ ਦਾ ਦੌਰਾ ਕੀਤਾ ਮੈਂ ਉਹਨਾਂ ਬਜ਼ੁਰਗ ਲੋਕਾਂ ਨੂੰ ਮਿਲੀ ਉਹਨਾਂ ਵਿੱਚੋਂ ਕੁਝ ਬੱਚਿਆਂ ਨਾਲ ਅਸ਼ਾਂਤੀ ਦੇ ਕਾਰਨ ਅਤੇ ਬਾਕੀ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਜਾਇਦਾਦ ਦੇਣ ਦੇ ਬਾਵਜੂਦ ਘਰ ਛੱਡਣ ਲਈ ਮਜਬੂਰ ਕੀਤਾ ਗਿਆ। ਆਓ ਤੁਹਾਨੂੰ ਦਿਖਾ ਦਿੰਨੇ ਆ ਇਹ ਵੀਡੀਓ। ਤੁਹਾਡੀ ਹੈਲਪ ਨਹੀਂ ਕਰਦੇ? ਆਈ ਨਹੀਂ ਕੋਈ ਮੈਂ ਭਾਈ ਗੁਰੂ ਹੈਗਾ ਆਪਾਂ ਹੈਗੇ ਆ ਐ ਲੋਕ ਹੈਗੇ ਨੇ ਆਪਾਂ ਹੈਗੇ ਆ ਨਹੀਂ ਨਹੀਂ ਹੱਥ ਨਹੀਂ ਜੋੜਨੇ ਕੋਈ ਤੰਗੀ ਤਾਂ ਨਹੀਂ ਨਾ ਇੱਥੇ ਤੁਹਾਡੀ ਹੈਲਪ ਨਹੀਂ ਕਰਦੇ? ਆਈ ਨਹੀਂ ਕੋਈ ਮੈਂ दीदी फूला रानी ने जी नीलू आंटी ने इन्होंने हसबेंड की डेथ हुई थी बेटा की डेथ हुई मनीषा गुलाटी बुजुर्गों का दुख सुनने लिए पटियाला बिरद घर पहुंची सी।
ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਬਜ਼ੁਰਗਾਂ ਦੇ ਦੁੱਖ ਮਨੀਸ਼ਾ ਗੁਲਾਟੀ ਵੱਲੋਂ ਦੂਰ ਕੀਤੇ ਜਾਂਦੇ ਹਨ ਜਾਂ ਫਿਰ ਇਸ ਤਰ੍ਹਾਂ ਹੀ ਬਜ਼ੁਰਗ ਆਪਣੇ ਦੁੱਖਾਂ ਨਾਲ ਸਾਰੀ ਜ਼ਿੰਦਗੀ ਕੱਢ ਲੈਣਗੇ। ਬਿਊਰੋ ਰਿਪੋਰਟ, ਸਾਂਝਾ ਟੀਵੀ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।